ਸਤਿ ਸ਼੍ਰੀ ਅਕਾਲ ਵੀਰੇ, ਮੈਂ ਤੁਹਾਡਾ ਸਿੱਧੂ ਮਹਾਰਾਜ। ਵੀਰੇ, ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਆ। ਇੱਕ ਵਾਰ ਵਲੌਗ ਦੇਖੋਗੇ ਤਾਂ ਵੀਰੇ ਦੁਬਾਰੇ ਦੁਬਾਰੇ ਦੇਖੋਗੇ। ਅੱਜ ਦਾ ਵਲੌਗ ਵੀਰੇ ਹੈਗਾ ਮੇਰੇ ਵਾਲਾਂ 'ਤੇ, ਮੇਰੇ ਆਪਦੇ 'ਤੇ ਹੀ ਆ, ਠੀਕ ਹੈ ਜੀ। ਮੇਰੇ ਵਾਲ ਰੱਖਿਆ ਨੂੰ ਅੱਜ ਸਾਲ ਹੋ ਚੁੱਕਿਆ, ਮੈਂ ਅੱਜ ਸਾਲ ਬਾਅਦ ਆਪਦੇ ਵਾਲ ਕਟਾ ਰਿਹਾ। ਮੇਰਾ ਜੀ ਅੱਕ ਚੁੱਕਿਆ ਵਾਲਾਂ ਤੋਂ, ਮੇਰਾ ਸ਼ੌਂਕ ਪੂਰਾ ਹੋ ਗਿਆ ਤਾਂ ਜੀ ਅੱਕ ਚੁੱਕਿਆ, ਆਪਾਂ ਹੀ ਕਹਿ ਦਿੰਦੇ ਹਾਂ। ਜੇ ਸ਼ੌਂਕ ਪੂਰਾ ਹੋ ਗਿਆ ਤਾਂ ਜੀ ਵੀ ਅੱਕ ਜਾਂਦਾ ਹੁੰਦਾ ਕਿਸੇ ਵੀ ਚੀਜ਼ ਤੋਂ, ਠੀਕ ਹੈ। ਉਮੀਦ ਮਿੱਤਰੋ, ਮੇਰੇ ਵਾਲਾਂ ਨੂੰ ਅੱਜ ਸਾਲ ਹੋ ਚੁੱਕਿਆ, ਮੈਂ ਅੱਜ ਸਾਲ ਬਾਅਦ ਵਾਲ ਕਟਾ ਰਿਹਾ ਆਪਦੇ। ਅਤੇ ਵੀਰੇ ਨੂੰ ਮੈਂ ਫੋਨ ਕਰਕੇ ਪੁੱਛਿਆ ਸੀਗਾ ਖਾਨ ਨੂੰ, ਮੈਂ ਵੀਰੇ ਨੂੰ ਕਿਹਾ ਵੀਰੇ ਮੈਂ ਵਾਲ ਕਟਾਉਣੇ ਆ, ਹੈ ਨਾ। ਵੀਰਾ ਕਹਿੰਦਾ ਆ ਜੀ ਕੋਈ ਗੱਲ ਨਹੀਂ। ਅਤੇ ਹੁਣ ਵੀਰੇ ਕੋਲ ਜਾਂਦੇ ਹਾਂ, ਦੇਖਦੇ ਹਾਂ ਵੀਰਾ ਵਾਲ ਮੇਰੇ ਕਿਸੇ ਤਰੀਕੇ ਨਾਲ ਕੱਟਦਾ। ਵੈਸੇ ਖੜ੍ਹੇ ਹੀ ਕਟਾਉਣੇ ਆਗੇ ਵਾਲ, ਵੀ ਬਸ ਖੜ੍ਹੇ ਰਹਿਣਾ, ਇੱਦਾਂ ਕਟਾਉਣੇ ਆ ਵਾਲ ਆਪਾਂ ਪੂਰੇ ਘੈਂਟ, ਹੈ ਨਾ। ਚਲੋ ਵੀਰੇ ਕੋਲ ਜਾ ਕੇ ਮਿਲਦੇ ਹਾਂ ਹੁਣ, ਮਿੱਤਰੋ ਮਿਲਦੇ ਹਾਂ ਸਲੂਨ 'ਚ ਜਾ ਕੇ। ਆ ਖਾਣ ਵੀਰੇ ਦਾ ਸਲੂਨ ਆ ਵੀਰੋ, ਹੋਲੀਵੁੱਡ ਹੇਅਰ ਸਲੂਨ ਵੀਰੇ ਖਾਣ ਦਾ ਇਹ। ਅਤੇ ਖਾਣ ਵੀਰਾ ਅੰਦਰ ਹੋਏਗਾ, ਅਤੇ ਅੰਦਰ ਜਾ ਕੇ ਵੀਰੇ ਤੋਂ ਪੁੱਛ ਲਿਆ ਕੀ ਗੱਲਬਾਤ। ਵੀਰਾ ਕਹਿੰਦਾ ਵੀਰੇ ਤੁਸੀਂ ਹੈਡ ਵਾਸ਼ ਕਰਾ ਲਓ, ਹੈ ਨਾ। ਅਤੇ ਬਸ ਆ ਕਹਿੰਦੇ ਵੀਰੇ ਦੀ ਡਰਾਈਵ ਲਾਉਣਾ ਹੀ ਰਹਿੰਦੀ ਆ, ਅਤੇ ਆਪਾਂ ਹੈਡ ਵਾਸ਼ ਕਰਾਉਣ ਤੋਂ ਬਾਅਦ ਮਿਲਦੇ ਹਾਂ ਵੀਰੇ ਕੋਲ। ਫਿਰ ਵੀਰਾ ਬਾਹਰ ਪੂਰੇ ਘੈਂਟ ਕੱਟੂਗਾ, ਵੀਰਾ ਮੇਰਾ ਹੈਡ ਵਾਸ਼ ਕਰੂਗਾ ਵੀਰੇ। ਅਤੇ ਵੀਰੇ ਕਰੀਏ ਆਪਾਂ ਹੈਡ ਵਾਸ਼, ਹੈ ਨਾ। ਹਾਂਜੀ, ਹੈਡ ਵਾਸ਼ ਕਰਨ ਤੋਂ ਬਾਅਦ ਵੀਰਾ ਮੇਰੇ ਵਾਲ ਕੱਟਣ ਲੱਗੂਗਾ, ਅਤੇ ਅਜੇ ਵੀ ਕਰਦਾ।
ਕੰਪਲੀਟ ਹੋ ਚੁੱਕਿਆ ਵੀਰੇ ਬਹੁਤ ਵਧੀਆ ਲੱਗਿਆ ਵੀਰੇ ਨੇ ਬਹੁਤ ਸੋਹਣੀ ਵਾਲ ਕਟਿਆ ਕਰ ਤੇ ਬਹੁਤ ਸੋਹਣੀ ਪਾਏ ਆ ਘਰੇ ਆ ਗਈਆਂ ਵੀਰੇ ਬਹੁਤ ਸੋਹਣੇ ਵਾਲ ਕੱਟਿਆ ਵੀਰੇ ਨੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿੱਦਾਂ ਵਾਲ ਕੱਟੇ ਹਨਾ ਅਤੇ ਧੰਨਵਾਦ ਵੀਰੇ ਸਾਡਾ ਬਲੌਗ ਦੇਖਣ ਲਈ ਜਿਹਨੇ ਹਜੇ ਤੱਕ ਵੀਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸ਼ੇਅਰ ਲਾਈਕ